बटाला दे कस्बा फतेहगढ़ चूड़िया च पिंड संगतपुरा विच बीती देर रात लुटेरा गैंग अते फतेहगढ़ चूड़िया पुलिस दौरान होए मुकाबले विच पुलिस टीम दा कांस्टेबल जुगराज सिंह गोली लगन होए जख्मी। आमो सामने चलिया 30 दे करीब गोलियां, जख्मी जुगराज सिंह अमृतसर फोर्टिस हस्पताल विखे इलाज अधीन। चार लुटेरा गैंग मैंबरां विचों दो पुलिस ने कीते काबू। दो हनेरे दा फायदा लैंदे हो गए फरार। इस उते बटाला दे एसपी गुरप्रीत सिंह गिल ने दस्या कि इस लुटेरा गैंग दे वलों पिंड कणिए दे बांगड़ विखे महिला कोलों 20,000 रुपए अते दो मोबाइलों की लुट की सी। उस वेले एक लुटेरे नू काबू कर लिया सी, पर बाकी लुटेरे फरार हो गए सी, जिस नू लेके पुलिस वलों पिछा करदे हुए पिंड संगतपुरा विखे घेरिया गया अते उत्थे लुटेरिया ने पुलिस उते हमला कर दिता, जिस विच कांस्टेबल जुगराज सिंह गोली लगन नाल जख्मी हो गया अते पुलिस ने एक लुटेरे नू काबू कर लिया अते बाकी लुटेरे फरार हो गए, जिस नू लेके पुलिस ने 5 लुटेरिया खिलाफ केस दर्ज किया है अते दो लुटेरे पुलिस ने काबू कर लिया है अते 3 फरार लुटेरिया की तलाश जारी है। कल मिति 30/3/23 ਨੂੰ ਸ਼ਾਮ 7:30-8 ਵਜੇ ਦੇ ਕਰੀਬ ਭਾਲੋਵਾਲੀ ਰੋਡ ਥਾਣਾ ਘਣੀਕੇ ਬਾਂਗਰ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਲੜਕਾ ਲੜਕੀ ਪਾਸੋਂ 5 ਨੌਜਵਾਨਾਂ ਨੇ ਖੋਹ ਦੀ ਵਾਰਦਾਤ ਕੀਤੀ ਸੀ, ਜਿਸ ਵਿੱਚ ਉਹਨਾਂ ਪਾਸੋਂ 20,000 ਰੁਪਏ ਅਤੇ 2 ਮੋਬਾਈਲ ਜਿਹੜੇ ਆ ਖੋਏ ਸਨ। ਥਾਣਾ ਘਣੀਕੇ ਬਾਂਗਰ ਅਤੇ ਥਾਣਾ ਫਤਿਹਗੜ੍ਹ ਚੂੜੀਆਂ ਵੱਲੋਂ ਫੌਰੀ ਕਾਰਵਾਈ ਕਰਦੇ ਹੋਏ ਇਸ ਵਿੱਚ ਇੱਕ ਸਨੈਚਰ ਸਾਗਰ ਵਾਸੀ ਮਜੀਠੇ ਨੂੰ ਤੁਰੰਤ ਗ੍ਰਿਫਤਾਰ ਕਰਕੇ ਬਾਕੀ ਦੇ ਦੋਸ਼ੀਆਂ ਦੇ ਉੱਪਰ ਪਿੰਡ ਸੰਗਤਪੁਰਾ ਥਾਣਾ ਝੰਡੇਰ ਉਹਨਾਂ ਨੂੰ ਫੋਲੋ ਕੀਤਾ ਅਤੇ ਉਹਨਾਂ ਦੇ ਉੱਪਰ ਰੇਡ ਕੀਤੀ। ਇਸੇ ਦਰਮਿਆਨ ਇਹਨਾਂ ਬਾਕੀ ਸਨੈਚਰਸ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਰਾਉਂਡ ਫਾਇਰ ਕੀਤੇ, ਜਿਸ ਵਿੱਚ ਕਾਂਸਟੇਬਲ ਜੁਗਰਾਜ ਸਿੰਘ ਦੇ ਪੇਟ 'ਤੇ ਇੱਕ ਗੋਲੀ ਲੱਗਣ ਕਰਕੇ ਉਹ ਜ਼ਖਮੀ ਹੋ ਗਿਆ। ਪੁਲਿਸ ਵੱਲੋਂ ਇਸ 'ਤੇ ਇੱਥੇ ਕਾਰਵਾਈ ਕਰਦੇ ਹੋਏ ਇੱਕ ਦੋਸ਼ੀ ਪਵਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜੋ ਇਹਨਾਂ ਦੋਨਾਂ ਵਾਰਦਾਤਾਂ ਦੇ ਵਿੱਚ ਥਾਣਾ ਘਣੀਕੇ ਬਾਂਗਰ ਦੇ ਵਿੱਚ 379(b)(2) 2556 ਆਰਮਸ ਐਕਟ ਤਹਿਤ ਇਹਨਾਂ 5 ਦੋਸ਼ੀਆਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਗਿਆ ਹੈ। ਇਸੇ ਤਰ੍ਹਾਂ ਥਾਣਾ ਝੰਡੇਰ ਅੰਮ੍ਰਿਤਸਰ ਰੂਰਲ ਦੇ ਵਿੱਚ ਪੁਲਿਸ ਪਾਰਟੀ ਉੱਪਰ ਹਮਲਾ ਕਰਨ 'ਤੇ ਇਹਨਾਂ ਦੋਸ਼ੀਆਂ ਦੇ ਖਿਲਾਫ ਬਣਵੀਆਂ ਧਾਰਾਵਾਂ ਤਹਿਤ ਕੇਸ ਰਜਿਸਟਰ ਕੀਤਾ ਹੈ। 2 ਦੋਸ਼ੀ ਜਿਹੜੇ ਉਹ ਗ੍ਰਿਫਤਾਰ ਕਰ ਲਏ ਗਏ ਹਨ, ਬਾਕੀ ਦੋਸ਼ੀਆਂ ਦੇ ਉੱਪਰ ਰੇਡਸ ਜਾਰੀ ਹਨ।